ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਿ ਦੀਆਂ ਵੱਡੀਆਂ ਖਬਰਾਂ ਪੰਜਾਬ 'ਚ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਕਾਂਗਰਸ ਨੇ ਲੋਕ ਸਭਾ ਉਮੀਦਵਾਰਾਂ ਦਾ ਕੀਤਾ ਐਲਾਨ ਜਲੰਧਰ ਤੋਂ ਚੰਨੀ ਅਤੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਦਿੱਤੀ ਟਿਕਟ ਅਕਾਲੀ ਦਲ ਵੱਲੋਂ ਟਿਕਟ ਨਾ ਦਿੱਤੇ ਜਾਣ 'ਤੇ ਨਾਰਾਜ਼ ਹੋਏ ਸੁਖਦੇਵ ਸਿੰਘ ਢੀਂਡਸਾ ਕਿਹਾ ਸਾਡੇ ਨਾਲ ਖੇਡੀ ਹੈ ਸਿਆਸਤ ਅਮਰੂਦ ਘੁਟਾਲੇ ਮਾਮਲੇ 'ਚ ਵਿਜੀਲੈਂਸ ਦਾ ਵੱਡਾ ਐਕਸ਼ਨ ਕਈ IAS ਤੇ PCS ਅਧਿਕਾਰੀਆਂ ਵਿਰੁੱਧ ਹੋਵੇਗੀ ਕਾਰਵਾਈ ਲੱਖਾ ਸਿਧਾਣਾ ਦਾ MP ਉਮੀਦਵਾਰ ਵਜੋਂ ਐਲਾਨ ਬਠਿੰਡਾ ਤੋਂ ਲੜਨਗੇ ਚੋਣ ਇਸ ਪਾਰਟੀ ਨੇ ਦਿੱਤੀ ਟਿਕਟ ਪੰਜਾਬ 'ਚ ਮੌਸਮ ਲਈ ਕਰਵਟ ਭਾਰੀ ਮੀਂਹ ਨੂੰ ਲੈ ਕੇ IMD ਵੱਲੋਂ ਅਲਰਟ ਜਾਰੀ ਪੰਜਾਬ 'ਚ 17 ਤੇ 21 ਅਪ੍ਰੈਲ ਨੂੰ ਰਹੇਗੀ ਸਰਕਾਰੀ ਛੁੱਟੀ ਵਿਦਿਅਕ ਤੇ ਹੋਰ ਅਦਾਰੇ ਰਹਿਣਗੇ ਬੰਦ ਪੰਜਾਬ ਸਰਕਾਰ ਵੱਲੋਂ ਸਾਲ 2022 ਵਿੱਚ 10,77,000 ਰਾਸ਼ਨ ਕਾਰਡਾਂ ਨੂੰ ਜਾਲੀ ਕਰਾਰ ਦੇਣ ਅਤੇ ਉਹਨਾਂ ਨੂੰ ਬਹਾਲ ਕਰਨ ਦੇ ਫੈਸਲੇ ਵਿਰੁੱਧ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪਟੀਸ਼ਨ ਤੇ ਜਵਾਬ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ ਪਟੀਸ਼ਨ ਕਰਤਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਦਾ ਹਵਾਲਾ ਦਿੰਦੇ ਹੋਏ 10,77,000 ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਸਨ ਸਰਕਾਰ ਨੇ ਉਦੋਂ ਦਲੀਲ ਦਿੱਤੀ ਸੀ ਕਿ ਇਹ ਸਾਰੇ ਕਾਰਡ ਧੋਖੇ ਨਾਲ ਬਣਾਏ ਗਏ ਸਨ ਹੁਣ ਸਰਕਾਰ ਨੇ ਇਹਨਾਂ ਸਾਰਿਆਂ ਨੂੰ ਮਾਫ਼ ਕਰਨ ਦਾ ਫੈਸਲਾ ਕੀਤਾ ਹੈ ਅਤੇ ਹਾਈਕੋਰਟ ਨੂੰ ਦੱਸਿਆ ਗਿਆ ਹੈ ਕਿ ਇਹਨਾਂ ਸਾਰਿਆਂ ਨੂੰ ਮੁੜ ਬਹਾਲ ਕਰਨ ਤੋਂ ਪਹਿਲਾਂ ਕੋਈ ਜਾਂਚ ਨਹੀਂ ਕੀਤੀ ਗਈ ਸੂਬਾ ਸਰਕਾਰ ਦਾ ਇਹ ਫੈਸਲਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਤਾਂ ਜੋ ਚੋਣਾਂ 'ਚ ਇਸ ਦਾ ਫਾਇਦਾ ਉਠਾਇਆ ਜਾ ਸਕੇ ਅਤੇ ਜਿਸ ਤੋਂ ਬਾਅਦ ਹੁਣ ਹਾਈਕੋਰਟ ਨੇ ਪੰਜਾਬ ਸਰਕਾਰ ਸਮੇਤ ਹੋਰ ਜਵਾਬਦਾਵਾਂ ਨੂੰ ਜਵਾਬ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਪੰਜਾਬ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਇਸ ਮੁਤਾਬਿਕ ਪੰਜਾਬ ਦੀ ਹੋਟ ਸੀਟ ਬਣੇ ਹੋਏ ਜਲੰਧਰ ਹਲਕੇ ਤੋਂ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਜਦਕਿ ਸੁਖਪਾਲ ਸਿੰਘ ਖਹਿਰਾ ਨੂੰ ਇਸ ਵਾਰ ਸੰਗਰੂਰ ਤੋਂ ਟਿਕਟ ਦਿੱਤੀ ਗਈ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਮੌਜੂਦਾ ਸਾਂਸਦ ਗੁਰਜੀਤ ਸਿੰਘ ਔਜਲਾ ਤੇ ਪਾਰਟੀ ਨੇ ਇੱਕ ਵਾਰ ਫਿਰ ਤੋਂ ਵਿਸ਼ਵਾਸ ਦਿਖਾਇਆ ਹੈ ਤੇ ਉਹਨਾਂ ਨੂੰ ਮੁੜ ਟਿਕਟ ਦਿੱਤੀ ਗਈ ਹੈ ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਜਦਕਿ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਪਾਰਟੀ ਨੇ 7 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਇਸ ਲਿਸਟ ਵਿੱਚ ਅਕਾਲੀ ਦਲ ਵੱਲੋਂ ਸੰਗਰੂਰ ਤੋਂ ਇਕਬਾਲ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਅਤੇ ਇਸ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਨਾਲ ਸਿਆਸਤ ਖੇਡੀ ਗਈ ਹੈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨਾਲ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਤੋਂ ਟਿਕਟ ਦੇਣ ਦਾ ਵਾਅਦਾ ਕੀਤਾ ਸੀ ਜਦਕਿ ਹੁਣ ਇਕਬਾਲ ਸਿੰਘ ਝੁੰਦਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਸੌਦੇਬਾਜ਼ੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਸਮੇਂ ਉਹ ਦਿੱਲੀ ਵਿੱਚ ਹਨ ਅਤੇ ਹਲਕੇ 'ਚ ਆ ਕੇ ਉਹ ਲੋਕਾਂ ਨਾਲ ਸਲਾਹ ਕਰਨਗੇ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਰਕਰਾਂ ਤੋਂ ਪਤਾ ਲੱਗਾ ਸੀ ਕਿ ਪਾਰਟੀ 'ਚ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਅਗਲਾ ਫੈਸਲਾ ਹਲਕੇ ਦੇ ਵਰਕਰਾਂ ਨਾਲ ਸਲਾਹ ਮਸ਼ਵਰਾ ਕਰਕੇ ਲਿਆ ਜਾਵੇਗਾ ਪੰਜਾਬ ਦੇ ਵੱਡੇ ਅਮਰੂਦ ਬਾਗ ਘੁਟਾਲੇ ਵਿੱਚ ਨਵੀਂ ਅਪਡੇਟ ਦੇਖਣ ਨੂੰ ਮਿਲੀ ਹੈ ਇਸ ਘੁਟਾਲੇ ਵਿੱਚ ਕੰਮ ਕਰ ਰਹੇ IAS ਅਤੇ PCS ਅਧਿਕਾਰੀਆਂ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ ਅਮਰੂਦ ਘੁਟਾਲੇ ਮਾਮਲੇ ਵਿੱਚ ਵਿਜੀਲੈਂਸ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੇ ਸੂਬਾ ਸਰਕਾਰ ਨੂੰ ਪੱਤਰ ਲਿਖ ਕੇ ਇਸ ਮਾਮਲੇ 'ਚ 2 IAS ਅਤੇ
ਇੱਕ PCS ਤੇ ਇੱਕ IFS ਖਿਲਾਫ ਕਾਰਵਾਈ ਕਰਨ ਦੀ ਇਜਾਜ਼ਤ ਮੰਗੀ ਹੈ। ਇਜਾਜ਼ਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦੋ IAS ਅਧਿਕਾਰੀਆਂ ਵਰੁਣ ਨਿਜ਼ਮ ਅਤੇ IAS ਰਾਜੇਸ਼ ਧੀਮਾਨ ਨੂੰ ਹਟਾਉਣ ਲਈ ਰਾਜ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ, ਜਿਸ ਸੰਬੰਧੀ ਰਾਜ ਚੋਣ ਕਮਿਸ਼ਨ ਦੇ ਪਰਸੋਨਲ ਵਿਭਾਗ ਤੋਂ ਰਿਪੋਰਟ ਮੰਗੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਖਿਲਾਫ ਸ਼ਿਕਾਇਤ ਬੇਨਾਮ ਸੀ, ਇਸ ਲਈ ਚੋਣਾਂ ਦੌਰਾਨ ਅਧਿਕਾਰੀਆਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਨਹੀਂ ਹਟਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਹੋਰ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ। ਅਕਾਲੀ ਦਲ ਨੇ ਲਖਵੀਰ ਸਿੰਘ ਉਰਫ ਲੱਖਾ ਸਿਧਾਣਾ ਲੋਕ ਸਭਾ ਹਲਕਾ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਲੱਖਾ ਸਿਧਾਣਾ ਦਾ ਐਲਾਨ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤਾ ਗਿਆ ਹੈ। ਲੱਖਾ ਸਿਧਾਣਾ ਸਮੇਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹੁਣ ਤੱਕ ਕੁੱਲ 11 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਪਿਛਲੇ ਕੁਝ ਦਿਨਾਂ ਤੋਂ ਲੱਖਾ ਸਿਧਾਣਾ ਬਠਿੰਡਾ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਉਹ ਲਗਾਤਾਰ ਆਪਣੇ ਵਿਰੋਧੀਆਂ ਤੇ ਨਿਸ਼ਾਨੇ ਸਾਧ ਰਹੇ ਹਨ। ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਨੇ ਇਕਦਮ ਕਰਵਟ ਲੈ ਲਈ ਹੈ। ਕਈ ਇਲਾਕਿਆਂ ਵਿੱਚ ਕੱਲ੍ਹ ਦਿਨ ਚੜ੍ਹਦੇ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਸਿਲਸਿਲਾ ਅਗਲੇ ਦਿਨ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਕੁਝ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ ਕਈ ਰਾਜਾਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਉੱਤਰੀ ਭਾਰਤ ਦੇ ਕੁਝ ਰਾਜਾਂ ਵਿੱਚ ਮੌਸਮ ਬਹੁਤ ਤੇਜ਼ੀ ਨਾਲ ਬਦਲ ਸਕਦਾ ਹੈ। ਇਸ ਦੌਰਾਨ ਮੀਂਹ ਦੇ ਨਾਲ ਨਾਲ ਤੂਫਾਨ ਅਤੇ ਗੜੇ ਵੀ ਪੈ ਸਕਦੇ ਹਨ। ਪੰਜਾਬ ਦੇ ਹੁਸ਼ਿਆਰਪੁਰ, ਬੋਹਰ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਜ਼ਿਲ੍ਹੇ ਖਰਾਬ ਮੌਸਮ ਦੇ ਨਾਲ ਕਾਫ਼ੀ ਪ੍ਰਭਾਵਿਤ ਹੋ ਸਕਦੇ ਹਨ। ਲੋਕ ਸਭਾ ਚੋਣਾਂ 2024 ਲਈ ਹੁਣ ਗਿਣਤੀ ਦੇ ਦਿਨ ਬਾਕੀ ਹਨ। ਭਾਜਪਾ ਨੇ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਪਾਰਟੀ ਦਾ ਸੰਕਲਪ ਪੱਤਰ ਜਾਰੀ ਕੀਤਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਲੱਖਪਤੀ ਦੀਦੀ ਦੀ ਅਗਵਾਈ ਵਿੱਚ ਦੇਸ਼ ਦੀਆਂ ਲੱਖਾਂ ਔਰਤਾਂ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ, ਭਵਿੱਖ ਵਿੱਚ ਵੀ ਅਜਿਹਾ ਕਰਦੇ ਰਹਿਣ ਦਾ ਵਾਅਦਾ ਕੀਤਾ ਹੈ। ਇਸ ਦੇ ਲਈ ਭਲਾਈ ਸਕੀਮਾਂ ਦੇ ਨਾਲ ਨਾਲ ਮਹਿਲਾ ਸਹਾਇਤਾ ਸਮੂਹਾਂ ਨੂੰ ਵੀ ਮਦਦ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਰਵਾਈਕਲ ਕੈਂਸਰ ਅਤੇ ਬ੍ਰੈਸਟ ਕੈਂਸਰ ਵਰਗੀਆਂ ਘਾਤਕ ਸਮੱਸਿਆਵਾਂ ਵੱਲ ਵੀ ਧਿਆਨ ਦਿੱਤਾ ਜਾਵੇਗਾ। ਜਨਤਕ ਥਾਵਾਂ ਤੇ ਔਰਤਾਂ ਲਈ ਪਖਾਨੇ ਬਣਾਏ ਜਾਣਗੇ। ਪੰਜਾਬ ਵਿੱਚ 17 ਅਪ੍ਰੈਲ 2024 ਦਿਨ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਵਿਦਿਅਕ ਅਦਾਰੇ ਬੰਦ ਰਹਿਣਗੇ। ਦਰਅਸਲ 17 ਅਪ੍ਰੈਲ 2024 ਨੂੰ ਰਾਮਨੌਮੀ ਹੈ। ਇਸ ਦਿਨ ਪੰਜਾਬ ਸਰਕਾਰ ਨੇ ਛੁੱਟੀ ਐਲਾਨੀ ਹੈ। ਦੱਸ ਦੇ ਕਿ ਪੰਜਾਬ ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਰਾਮਨੌਮੀ ਦੇ ਤਿਉਹਾਰ ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ। ਇਸ ਤੋਂ ਇਲਾਵਾ ਸਰਕਾਰੀ ਕੈਲੰਡਰ ਮੁਤਾਬਕ 21 ਅਪ੍ਰੈਲ ਨੂੰ ਮਹਾਵੀਰ ਜਯੰਤੀ ਕਾਰਨ ਸਰਕਾਰੀ ਛੁੱਟੀ ਹੈ, ਪਰ ਇਹ ਛੁੱਟੀ ਐਤਵਾਰ ਨੂੰ ਆ ਰਹੀ ਹੈ। ਇਸ ਦਿਨ ਸਰਕਾਰੀ ਸਕੂਲ, ਕਾਲਜ ਸਮੇਤ ਹੋਰ ਸਰਕਾਰੀ ਅਦਾਰੇ 'ਚ ਛੁੱਟੀ ਰਹੇਗੀ। ਦੇਖੋ ਜੀ, ਇਹ ਸਾਰੇ ਸੰਗਰੂਰ ਵਾਲੇ ਜਾਣਦੇ ਆ ਅਤੇ ਸਾਰੇ ਪੰਜਾਬ ਵਾਲੇ ਜਾਣਦੇ ਆ ਕਿ ਅੱਜ ਦੀ ਘੜੀ ਅਕਾਲੀ ਦਲ ਨੂੰ ਇਲੈਕਸ਼ਨ ਲੜਨ ਲਈ ਕੋਈ ਬੰਦਾ ਨਹੀਂ ਮਿਲ ਰਿਹਾ। ਅਸੀਂ ਚੂੰਦਾ ਸਾਹਿਬ ਦਾ ਚਲੋ ਬੜਾ ਸਤਿਕਾਰ ਕਰਦੇ ਹਾਂ, ਪਰ ਮਜਬੂਰੀ ਬਸ ਉਹਨਾਂ ਨੂੰ ਜਿਹੜਾ ਉਤਾਰਿਆ ਗਿਆ, ਕਿਉਂਕਿ ਸਾਰੇ ਜਾਣਦੇ ਹਾਂ ਕੁਛ ਦਿਨ ਪਹਿਲਾਂ ਪਰਮਿੰਦਰ ਢੀਂਡਸਾ ਜੀ ਨੂੰ ਦੁਬਾਰਾ ਜਦੋਂ ਰਲੇਵਾਂ ਹੋਇਆ, ਇਹਨਾਂ ਨੇ ਕਿਹਾ ਵੀ ਘਰ ਵਾਪਸੀ ਹੋ ਗਈ। ਉਹਨਾਂ ਨੇ ਚੋਣ ਸਰਗਰਮੀਆਂ ਸ਼ੁਰੂ ਕੀਤੀਆਂ। ਢੀਂਡਸਾ ਸਾਹਿਬ ਨੇ 15-20 ਦਿਨਾਂ 'ਚ ਦੇਖਿਆ ਫਿਰ ਫੁਰ ਕੇ ਵੀ ਭਾਈ ਗਰਾਊਂਡ 'ਤੇ ਕੀ ਹਾਲਾਤ ਨੇ, ਤਾਂ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਢੀਂਡਸਾ ਸਾਹਿਬ ਨੇ ਕਿਹਾ ਵੀ ਭਾਈ ਮੈਂ ਇਲੈਕਸ਼ਨ ਨਹੀਂ ਲੜਨੀ, ਸੁਖਬੀਰ ਜੀ ਕੋਈ ਬੰਦਾ ਹੋਰ ਦੇਖੋ। ਫਿਰ ਸੁਖਬੀਰ ਜੀ ਤੁਹਾਡੇ ਯਾਦ ਹੈ ਲੌਂਗੋਵਾਲ ਘਰ ਦੇ, ਲੌਂਗੋਵਾਲ ਸਾਹਿਬ ਦੇ ਘਰ ਆਏ,
ਤੇ ਮੈਨੂੰ ਲੱਗਦਾ ਵੀ ਹੱਥ ਲੌਂਗੋਵਾਲ ਸਾਹਿਬ ਨੇ ਵੀ ਨਹੀਂ ਧਰਾਇਆ। ਇਸੇ ਕਰਕੇ ਝੂੰਦਾ ਸਾਹਿਬ ਨੂੰ ਕਿਹਾ ਗਿਆ ਵੀ ਭਾਈ ਇਲੈਕਸ਼ਨ ਤੁਸੀਂ ਲੜਨੀ ਆ। ਚਲੋ ਝੂੰਦਾ ਸਾਹਿਬ ਲੜਨਗੇ, ਪਰ ਸਵਾਲ ਇੱਥੋਂ ਪੈਦਾ ਹੁੰਦਾ ਅਤੇ ਮੈਨੂੰ ਲੱਗਦਾ ਵੀ ਲੌਂਗੋਵਾਲ ਸਾਹਿਬ ਅਤੇ ਢੀਂਡਸਾ ਸਾਹਿਬ ਨੇ ਇਹੀ ਕਹਿ ਕੇ ਮਨਾ ਕੀਤਾ ਹੋਣਾ ਵੀ ਪ੍ਰਧਾਨ ਜੀ ਜਦੋਂ ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਫਿਰ ਸਾਨੂੰ ਫਸਾਉਣ ਨੂੰ ਕੋਈ ਫਿਰਦੇ ਆ। ਤੁਸੀਂ ਜਿੱਤੇ ਹੋਏ ਐਮ ਪੀ ਹੋ, ਸਿਟਿੰਗ ਐਮ ਪੀ ਹੋ, ਪਾਰਟੀ ਦੇ ਪ੍ਰਧਾਨ ਹੋ ਅਤੇ ਤੁਸੀਂ ਇਲੈਕਸ਼ਨ ਲੜਨ ਤੋਂ ਜਵਾਬ ਦੇ ਰਹੇ ਤਾਂ ਸਾਨੂੰ ਕੋਈ ਕਹਿ ਰਹੇ ਹੋ? ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਵੀ ਪੂਰੇ ਪੰਜਾਬ 'ਚ ਆ ਜਿਹੜਾ ਡਰਾਮਾ ਕੀਤਾ ਮੈਂ ਪੰਜਾਬ ਬਚਾਓ, ਸਾਰੇ ਪੰਜਾਬ 'ਚ ਟੈਂਪਰੇਚਰ ਹੀ ਚੈੱਕ ਕੀਤਾ ਅਤੇ ਉੱਥੇ ਗੱਲ ਕਲੀਅਰ ਹੋ ਗਈ, ਉਹਨੂੰ ਵੀ ਪਤਾ ਲੱਗ ਗਿਆ ਵੀ ਗਰਾਊਂਡ 'ਤੇ ਹਾਲਾਤ ਕੀ ਨੇ। ਇਸੇ ਕਰਕੇ ਅੱਜ ਨਾਪਲ ਇਲੈਕਸ਼ਨ ਲੜ ਰਹੇ ਆ, ਇਸੇ ਕਰਕੇ ਅੱਜ 7 ਟਿਕਟਾਂ ਅਨਾਊਂਸ ਕੀਤੀਆਂ, ਪਰ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਸਿਟਿੰਗ ਐਮ ਪੀ ਹੈ ਉਹਨਾਂ ਦੀ ਟਿਕਟ ਨਹੀਂ ਅਨਾਊਂਸ ਕੀਤੀ, ਕਿਉਂਕਿ ਉਹ ਵੀ ਚੈੱਕ ਕਰ ਰਹੇ ਆ ਵੀ ਬਠਿੰਡਿਓਂ ਲੜੀਏ, ਫਿਰੋਜ਼ਪੁਰੋਂ ਲੜੀਏ ਕਿ ਖਡੂਰ ਸਾਹਿਬ ਤੋਂ ਲੜੀਏ। ਪਰ ਮੈਂ ਬੜਾ ਸਪਸ਼ਟ ਸ਼ਬਦਾਂ 'ਚ ਕਹਿਣਾ ਚਾਹੁੰਦਾ ਕਿ ਬੀਬਾ ਜੀ ਜਿੱਥੋਂ ਮਰਜ਼ੀ ਇਲੈਕਸ਼ਨ ਲੜ ਲਓ, ਹਾਰ ਤੁਹਾਡੀ ਸਾਰੇ ਕਿਤੋਂ ਹੋਣੀ ਹੈ। ਇਹ ਹੁਣ ਤੁਸੀਂ ਦੇਖਣਾ ਵੀ ਬਠਿੰਡੇ ਵਾਲਿਆਂ ਤੋਂ ਹਾਰਨਾ, ਉਹ ਬਾਰਡਰ ਵਾਲੇ ਫਿਰੋਜ਼ਪੁਰ ਵਾਲਿਆਂ ਤੋਂ ਹਾਰਨਾ ਕਿ ਮਾਝੇ 'ਚ ਜਾ ਕੇ ਹਾਰਨਾ। ਮੈਂ ਤਾਂ ਕਹੂੰਗਾ ਵੀ ਪਹਿਲਾਂ ਚਲੋ ਬਠਿੰਡੇ ਵਾਲੇ ਨੇ 3 ਵਾਰੀ ਵੋਟਾਂ ਪਾਈਆਂ ਨੇ, ਉੱਥੋਂ ਹੀ ਹਾਰ ਜੋ ਚੰਗਾ, ਪਰ ਹਾਰ ਸਾਹਮਣੇ ਕੱਲ੍ਹ 'ਤੇ ਲਿਖੀ ਹੋਈ ਹੈ। ਕੀ ਸਮਝਦੇ ਕਿ ਹਰਸਿਮਰਤ ਕੌਰ ਬਾਦਲ ਵੀ ਜਵਾਬ ਦੇ ਸਕਦੇ ਨੇ, ਜਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਵੀ ਜਗ੍ਹਾ ਦੇਖ ਰਹੇ, ਸੇਫ ਸੀਟ ਲੱਭ ਰਹੇ ਨੇ ਵੀ ਮੈਂ ਕਿੱਥੋਂ ਜਿੱਤ ਸਕਦੇ ਜੇ ਜਿੱਤ ਸਕਦੇ? ਮੈਂ ਉਹੀ ਤਾਂ ਕਹਿਣਾ, ਉਹ ਇਹ ਦੇਖ ਰਿਹਾ ਵੀ 3 'ਚੋਂ ਸੇਫ ਕਿਹੜੀ ਹੈ, ਪਰ ਮੈਂ ਇਹੀ ਕਹਿਣਾ ਵੀ 3 'ਚੋਂ ਮਾਰਜਨ ਦਾ 19-21 ਦਾ ਫਰਕ ਪੈ ਸਕਦਾ, ਪਰ ਹਾਰ 3 'ਚੋਂ ਪੱਕੀ ਹੈ। ਇਹ ਦੇਖ ਲੈਣ ਵੀ ਕਿਹੜਿਆਂ ਤੋਂ ਹਾਰਨਾ, ਫਿਰੋਜ਼ਪੁਰ ਵਾਲੇ ਲੋਕਾਂ ਤੋਂ ਹਾਰਨਾ, ਖਡੂਰ ਸਾਹਿਬ ਵਾਲਿਆਂ ਤੋਂ ਹਾਰਨਾ ਕਿ ਬਠਿੰਡੇ ਵਾਲੇ ਤੋਂ ਹਾਰਨਾ? ਜੇ ਇੰਨਾ ਹੌਸਲਾ ਹੁੰਦਾ, ਕਹਿ ਲਓ ਵੀ ਇਹ ਵਿਸ਼ਵਾਸ ਹੁੰਦਾ ਵੀ ਮੈਂ ਜਿੱਤੂ, ਤਾਂ ਲੀਡਰਾਂ ਦੀ ਸੀਨੀਅਰਾਂ ਦੀ ਟਿਕਟ ਤਾਂ ਪਹਿਲਾਂ ਅਨਾਊਂਸ ਹੁੰਦੀ ਹੈ, ਜਿੱਤੇ ਹੋਏ ਐਮ ਪੀ ਦੀ ਟਿਕਟ ਅਨਾਊਂਸ ਹੋਣਾ, ਇਹ ਤੋਂ ਪਤਾ ਲੱਗਦਾ ਵੀ ਅਕਾਲੀ ਦਲ ਘਬਰਾਇਆ ਹੋਇਆ, ਧਰਤੀ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਅਤੇ ਰਿਜ਼ਲਟ ਸਾਰੇ ਲੋਕਾਂ ਨੂੰ 4 ਤਰੀਕ ਨੂੰ ਪਤਾ ਲੱਗ ਜਾਵੇ। ਜੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਹੈ ਕਿ ਸੁਖਪਾਲ ਖਹਿਰਾ ਨੇ ਸੰਗਰੂਰ ਆ ਸਕਦੇ ਨੇ, 99% ਉਹ ਕਹਿੰਦੇ ਨੇ ਵੀ ਹੋ ਚੁੱਕਿਆ ਉਹਨਾਂ ਦਾ ਕਲੀਅਰ ਐਲਾਨ ਹੋਣਾ, ਬਾਕੀ ਕਿਸ ਤਰ੍ਹਾਂ ਜਿੱਦਗੀ ਜੇਕਰ ਸੁਖਪਾਲ ਖਹਿਰਾ ਇੱਥੇ ਤੁਹਾਡੇ ਬਰਾਬਰ ਨਾ? ਦੇਖੋ ਪਾਰਟੀ ਹੈ ਜਿਹਨੂੰ ਮਰਜ਼ੀ ਟਿਕਟ ਦੇ ਸਕਦੀ ਹੈ, ਪਰ ਕਾਂਗਰਸ ਦਾ ਵੀ ਉਹੀ ਦੇਖੋ, ਇੱਥੋਂ ਜੋ ਸਿੰਗਲਾ ਸਾਹਿਬ ਦੇ ਬੰਦੇ ਵੀ ਦੱਸਦੇ ਵੀ ਸਿੰਗਲਾ ਸਾਹਿਬ ਵੀ ਕਹਿ ਰਿਹਾ ਮੈਂ ਇਲੈਕਸ਼ਨ ਨਹੀਂ ਲੜਨੀ, ਆਈ ਬੀਬੀ ਪੱਠਲ ਉਹਨਾਂ ਦੇ ਬੰਦੇ ਵੀ ਕਹਿ ਰਹੇ ਵੀ ਪੱਠਲ ਜੀ ਕਹਿ ਰਹੇ ਵੀ ਮੈਂ ਇਲੈਕਸ਼ਨ ਨਹੀਂ ਲੜਨੀ। ਅਸਲ 'ਚ ਗੱਲ ਉਹੀ ਹੈ, ਕਾਂਗਰਸ ਨੂੰ ਵੀ ਕੋਈ ਲੋਕਲ ਬੰਦਾ ਨਹੀਂ ਮਿਲ ਰਿਹਾ, ਇਸੇ ਕਰਕੇ ਤੁਸੀਂ ਦੇਖੋ ਵੀ ਕਿੱਥੋਂ ਲਿਆ ਰਹੇ ਆ। ਉਹ ਵੀ ਖਹਿਰਾ ਸਾਹਿਬ ਦਾ ਵੀ ਜ਼ਿਕਰ ਕਰੀਏ, ਸੰਗਰੂਰ 'ਚੋਂ ਤਾਂ ਬਾਹਰਲੇ ਹੈ ਹੀ ਹੈ, ਉਹ ਕਾਂਗਰਸ 'ਚੋਂ ਵੀ ਬਾਹਰਲੇ ਹੈ, ਕਿਉਂਕਿ ਕਾਂਗਰਸ 'ਚੋਂ ਵੀ ਕਿਹੜਾ ਉਹ ਕਦੇ ਕਿਹੜੀ ਪਾਰਟੀ 'ਚ ਕਦੇ ਕਿਹੜੀ ਪਾਰਟੀ 'ਚ। ਸੋ ਇਹਦਾ ਫੈਸਲਾ ਡੈਮੋਕ੍ਰੇਸੀ ਹੈ, ਕੋਈ ਕਿਤੋਂ ਇਲੈਕਸ਼ਨ ਲੜ ਸਕਦਾ, ਪਰ ਵੋਟਾਂ ਲੋਕਾਂ ਨੇ ਪਾਉਣੀਆਂ, ਸੰਗਰੂਰ ਦੇ ਲੋਕ ਫੈਸਲਾ ਕਰਨਗੇ ਵੀ ਭਾਈ ਕਿਹਨੂੰ ਜਿਤਾਉਣਾ। ਮਲੂਕਾ ਸਾਹਿਬ ਤਾਂ ਬਿਲਕੁਲ ਸਾਡੇ ਪਰਿਵਾਰ ਦਾ ਹਿੱਸਾ ਨੇ, ਤੇ ਮੈਨੂੰ ਕਿਤੇ ਨਾ ਕਿਤੇ ਹਰੇਕ ਨੂੰ ਇਸ ਚੀਜ਼ ਮਹਿਸੂਸ ਜ਼ਰੂਰ ਹੁੰਦੀ ਹੋਊਗੀ ਕਿ ਜਿੱਥੇ ਮਾਪੇ ਸਾਰੀ ਉਮਰ ਬੱਚਿਆਂ ਵਾਸਤੇ ਕਰਦੇ ਨੇ, ਤੇ ਵੱਡੀ ਉਮਰ 'ਚ ਜਦ ਬੱਚੇ ਆਖੇ ਨਹੀਂ ਲੱਗਦੇ, ਕਿਉਂਕਿ ਮੈਂ ਤਾਂ ਬਿਆਨ ਹੀ ਸੁਣਿਆ ਕਿ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਤੇ ਬੱਚੇ ਜਦ ਮਾਪੇ ਦੇ ਆਖੇ ਨਹੀਂ ਲੱਗਦੇ ਨੇ, ਤੇ ਦੁੱਖ ਤਾਂ ਪਰਿਵਾਰ ਨੂੰ ਹੁੰਦਾ ਹੀ ਹੋਊਗਾ। ਸੋ ਮੈਂ ਉਸ ਦੁੱਖ 'ਚ ਮੈਂ ਮਹਿਸੂਸ ਕਰਦੀ ਹਾਂ, ਲੇਕਿਨ ਮਲੂਕਾ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਤਕੜੇ ਹੋ, ਤੁਸੀਂ ਪਾਰਟੀ ਦੇ ਵੱਡੀ ਵੱਡੀ ਲੜਾਈਆਂ ਤੁਸੀਂ ਪਹਿਲੇ ਵੀ ਲੜੀਆਂ ਨੇ, ਹਾਂ ਘਰ 'ਚ ਔਖਾ ਸਮਾਂ ਆਉਂਦਾ ਹੈ, ਲੇਕਿਨ ਪਾਰਟੀ ਦੀ ਇੱਕ ਮਾਂ ਦਾ ਰੂਪ ਹੁੰਦੀ ਹੈ। ਹੁਣ ਜੰਗ ਹੈਗਾ, ਫੌਜਾਂ ਜਮਾਂ ਮੈਦਾਨ 'ਤੇ ਉਤਰੀਆਂ ਹੋਈਆਂ ਨੇ, ਤਾਂ ਜਰਨੈਲ ਨੂੰ ਤਾਂ ਅੱਗੇ ਹੋਣਾ ਚਾਹੀਦਾ। ਸੋ ਕੋਈ ਗੱਲ ਨਹੀਂ, ਲੜ ਰਹੇ ਹੋ ਤਾਂ ਬਾਕੀ ਸ਼ੁਭਕਾਮਨਾਵਾਂ, ਜੋ ਵੀ ਹੈ ਲੋਕਤੰਤਰ 'ਚ ਹਰੇਕ ਨੂੰ ਇੱਕ ਹੱਕ ਹੁੰਦਾ ਹੈ, ਸਭ ਆ ਕੇ ਆਪਣੀ ਗੱਲ ਰੱਖਣ। ਇਹ ਮੈਂ ਜ਼ਰੂਰ ਕਹਿ ਸਕਦੀ ਹਾਂ ਕਿ ਜਿਸ ਪਾਰਟੀ ਨੇ
ਪੰਜਾਬ ਦੇ 750 ਕਿਸਾਨਾਂ ਦੀ ਜਾਨ ਜਾਨਾਂ ਲੈ ਕੇ ਕਾਲੇ ਕਾਨੂੰਨ ਵਾਪਸ ਕੀਤੇ, ਮਾਫ਼ੀ ਮੰਗ ਕੇ, ਅਤੇ ਉਹਨਾਂ ਦੇ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਉਹਨਾਂ ਆਹ ਮੰਗਾਂ ਪੂਰੀ ਕਰਨਗੇ। ਅੱਜ ਜਦ ਇੰਨੇ ਸਾਲ ਬਾਅਦ ਉਹ ਮੰਗਾਂ ਪੂਰੀਆਂ ਨਹੀਂ ਹੋਈਆਂ ਨੇ, ਇੱਕ ਵਾਰ ਫਿਰ ਜਦ ਕਿਸਾਨ ਧਰਨੇ 'ਚ ਬੈਠਦੇ ਨੇ ਅਤੇ ਉਹਨਾਂ ਦੇ ਉੱਤੇ ਫਿਰ ਉਹ ਸਰਕਾਰ ਗੋਲੀਆਂ ਦੇ ਨਾਲ, ਅਥਰੂ ਗੈਸਾਂ ਦੇ ਨਾਲ, ਡਰੋਨਾਂ ਦੇ ਨਾਲ ਜਿਹੋ ਜਿਹਾ ਤਸ਼ੱਦਦ ਕਰਦੀ ਹੈ ਅਤੇ ਆਪਣੇ ਆਪਾਂ ਭਾਵੇਂ ਆਪਾਂ ਕਹਿ ਸਕੀਏ ਕਿ ਨਾ ਮੰਗਾਂ ਤਾਂ ਪੂਰੀਆਂ ਕੀਤੀ, ਨਾ ਬੰਦੀ ਸਿੱਖਾਂ ਦੀ, ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ 550 ਸਾਲਾਂ 'ਚ ਇਹਨਾਂ ਨੇ ਵਾਅਦਾ ਕੀਤਾ ਸੀ ਉੱਥੋਂ ਵੀ ਮੁੱਕਰ ਗਏ। ਸਾਡੇ ਪਾਣੀਆਂ ਨੂੰ ਖੋਣ ਵਾਸਤੇ ਪੂਰਾ ਦਬਾਅ ਪਾਇਆ ਜਾ ਰਿਹਾ ਹੈ, ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਨੇ। ਬਹੁਤ ਮਾੜੀ ਗੱਲ ਹੈ ਅਤੇ ਮੈਂ ਸਮਝਦੀ ਹਾਂ ਕਿ ਇਹ ਇਸ ਪਾਰਟੀ ਦੀ ਮਾਨਸਿਕਤਾ ਨੂੰ ਦਿਖਾਉਂਦੀ ਹੈ ਕਿ ਇੰਨੇ ਮਾੜੇ ਸ਼ਬਦ ਕੋਈ ਇਨਸਾਨ ਇਸਤੇਮਾਲ ਕਰੇ ਤਾਂ ਮੁੱਖ ਮੰਤਰੀ ਵੱਲੋਂ ਕੋਈ ਧਿਆਨ, ਜਿਹੜਾ ਹਰ ਚੀਜ਼ ਵਾਸਤੇ ਟਵੀਟ ਕਰ ਦਿੰਦਾ ਹੈਗਾ ਅਤੇ ਪੁਰਾਣੀ ਚੀਜ਼ਾਂ ਝੂਠ ਵਿੱਚ ਕੋਈ ਮਿੰਟ ਨਹੀਂ ਲਾਉਂਦਾ ਟਵੀਟ ਕਰਨ ਵਿਰੋਧੀਆਂ ਦੇ, ਤਾਂ ਜਦ ਆਪ ਦੇ ਉੱਤੇ ਆਪਣੀ ਪਾਰਟੀ ਦੇ ਉੱਤੇ ਜੇ ਕੁਛ ਤੁਹਾਨੂੰ ਐਕਸ਼ਨ ਲੈਣਾ ਚਾਹੀਦਾ ਹੈ, ਜਿਹੜੇ ਇਸ ਕਿਸੇ ਸਮਾਜ ਬਾਰੇ ਇੰਨੇ ਬੱਦੀ ਸ਼ਬਦਾਵਲੀ ਕਰਦੇ ਨੇ ਅਤੇ ਅੱਜ ਮੁੱਖ ਮੰਤਰੀ ਵੱਲੋਂ ਬਿਲਕੁਲ ਪਿੰਨ ਡ੍ਰੌਪ ਸਾਇਲੈਂਸ ਹੋ ਕੇ, ਮੈਂ ਸਮਝਦੀ ਪੂਰੀ ਪਾਰਟੀ ਦੀ ਮਾਨਸਿਕਤਾ। ਅੱਜ ਦੀ ਅਖਬਾਰ ਪੜ੍ਹੀ, ਕੱਲ੍ਹ ਦੀ ਵੀ ਪੜ੍ਹੀ ਹੋਣੀ ਤੁਸੀਂ, ਅਕਾਲੀ ਦਲ ਆਪਣੀ ਬੀਬੀ ਹਰਸਿਮਰਤ ਕੌਰ, ਸਾਡੇ ਪਿਆਰੇ ਭੈਣ ਜੀ, ਉਹਨਾਂ ਦੀ ਟਿਕਟ ਨਹੀਂ ਨੋਸ ਹੋਈ, ਬਠਿੰਡੇ ਤੋਂ ਭੱਜਣ ਨੂੰ ਫਿਰਦੇ ਆ, ਰਾਹ ਲੱਭਦੇ। ਹੁਣ ਸੁਖਬੀਰ ਨੇ ਪਹਿਲਾਂ ਕਹਿਤਾ ਕਿ ਮੈਂ ਇਲੈਕਸ਼ਨ ਨਹੀਂ ਲੜਨੀ, ਅੱਜ ਬਠਿੰਡੇ ਦੀ ਸੀਟ ਅਜੇ ਨੋਸ ਨਹੀਂ ਹੋਈ, ਪਤਾ ਨਹੀਂ ਕਿੱਧਰ ਦਾ ਰਸਤਾ ਲੱਭਣ, ਕਿਉਂਕਿ ਜਿੱਦਣ ਮਾਨ ਸਾਹਿਬ ਚੋਣ ਮੈਦਾਨ ਚ ਉਤਰਨਗੇ ਤੁਹਾਨੂੰ ਉੱਧਰ ਪਤਾ ਲੱਗੂ ਕਿ 13-0 ਕਿੱਦਾਂ ਹੁੰਦਾ। ਇਹ ਬੰਦੇ ਬੀਜੇਪੀ 740 ਕਿਸਾਨ ਸ਼ਹੀਦ ਕਰਕੇ 1.5 ਸਾਲ ਮਾਡਲਾਂ ਦੇ ਬੈਠੇ ਨੇ, ਸਾਡੇ ਰਸਤੇ ਰੋਕੇ ਪਏ ਆ, ਤੁਸੀਂ ਸਾਡੇ ਰਾਜ ਕੰਡੇ ਬੀਜੋ, ਸਾਡੇ ਰਾਜ ਤਾਰਾ ਲਾਓ, ਸਾਡੇ ਰਾਜ ਲੈਂਟਰ ਪਾਓ ਤੇ ਤੁਸੀਂ ਦਿੱਲੀ ਨਹੀਂ ਜਾ ਸਕਦੇ। ਤੇ ਸਰ ਤੁਸੀਂ ਹੁਣ ਪੰਜਾਬ ਚ ਪਿੰਡਾਂ ਚ ਵੋਟਾਂ ਮੰਗੋ, ਏਦਾਂ ਨਹੀਂ ਹੁੰਦਾ ਸਰ, ਪੰਜਾਬੀ ਏਦਾਂ ਨਹੀਂ ਹੋਣ ਦਿੰਦੇ, ਏਦਾਂ ਨਹੀਂ ਹੁੰਦੇ, ਪੰਜਾਬੀ ਨਹੀਂ ਏਦਾਂ ਕਰਦੇ। ਪੰਜਾਬੀਆਂ ਦਾ ਮਾਣ, ਪੰਜਾਬੀਆਂ ਦਾ ਸਤਿਕਾਰ, ਪਿਆਰ ਜੇ ਇਹਨਾਂ ਨੂੰ ਗਲੇ ਲਾਓਗੇ ਲੱਗਣਗੇ, ਜੇ ਜਿੱਦਾਂ ਦੀ ਭਾਜੀ ਪਾਓਗੇ ਉਦਾਂ ਦੀ ਵੋਟਦੇ। ਜਿਵੇਂ ਮਾਨ ਸਾਹਿਬ ਨੇ ਨੌਕਰੀਆਂ ਦਿੱਤੀਆਂ ਤੇ ਕੋਈ ਕਹਿੰਦਾ ਵੀ ਸਾਡੇ ਘਰ 2 ਕੁੜੀਆਂ ਕੰਮ ਕਰਦੀਆਂ ਸੀ ਪਿੱਛੇ ਜੇ, ਕੱਲ ਹੀ ਗੱਲ ਹੋਈ, ਕਹਿੰਦੇ ਵੀ ਉਹਨਾਂ ਦੋਨਾਂ ਭੈਣਾਂ ਨੂੰ ਨੌਕਰੀ ਮਿਲੀ, ਵੀ ਸਾਨੂੰ ਯਕੀਨ ਹੀ ਨਹੀਂ ਆਇਆ। ਤੇ ਕੁਛ ਇਹੋ ਜਿਹੇ ਲੋਕ ਵੀ ਮਿਲੇ ਜਿਹੜੇ ਕਹਿੰਦੇ ਵੀ ਅਸੀਂ ਕਿਸੇ ਹੋਰ ਪਾਰਟੀ ਨੂੰ ਬਿਲੋਂਗ ਕਰਦੇ ਹਾਂ, ਸਾਡੇ ਘਰ 'ਚ ਵੀ ਨੌਕਰੀ ਆਈ ਤੇ ਵੀ ਕੋਈ ਪੱਖਪਾਤ ਨਹੀਂ, ਕੋਈ ਸਿਫਾਰਿਸ਼ ਨਹੀਂ, ਕੋਈ ਪੈਸਾ ਨਹੀਂ, ਤੇ ਲੋਕ ਆਪ ਖੜੇ ਹੋ ਕੇ ਸਿਫਤਾ ਕਰਦੇ, ਬੜਾ ਅੱਛਾ ਰਿਸਪੋਂਸ। ਸਰ ਇੱਕ ਤੁਹਾਡਾ ਗਾਣਾ ਆਇਆ ਸੀ, ਕੋਈ ਲੈ ਸਕਦਾ ਤਾਂ ਲੈ ਲਓ, ਸਾਰਾ ਪਿੰਡਾਂ ਦੇ ਵਿੱਚ ਜਾ ਰਹੇ ਹੋ, ਕਿਵੇਂ ਲੱਗਦਾ? ਬਹੁਤ ਵਧੀਆ ਜੀ, ਕਿਉਂਕਿ 2 ਸਾਲਾਂ ਦੀ ਕਾਰਗੁਜ਼ਾਰੀ ਬਹੁਤ ਅੱਛੀ ਹੈ ਸਰਕਾਰ ਦੀ, ਕਾਫੀ ਸੁਧਾਰ ਹੋਇਆ ਤੇ ਆਉਣ ਵਾਲੇ ਸਮੇਂ 'ਚ ਜੇ ਵੱਧ ਸਮਾਂ ਮਿਲੂਗਾ ਤਾਂ ਹੋਰ ਸੁਧਾਰ। ਇੱਕ ਕਿਸਾਨ ਜਥੇਬੰਦੀ ਵੱਖ ਵੱਖ ਉਮੀਦਵਾਰਾਂ ਦਾ ਵੀ ਵਿਰੋਧ ਕੀਤਾ ਜਾ ਰਿਹਾ, ਕੋਈ ਤੁਹਾਡਾ ਵੀ ਵਿਰੋਧ ਕੀਤਾ ਜਾ ਰਿਹਾ ਜਾਂ ਕਿਸੇ? ਨਹੀਂ ਜੀ, ਅਜੇ ਕੋਈ ਵਿਰੋਧ ਨਹੀਂ, ਲੋਕ ਸਗੋਂ ਪਿਆਰ ਕਰਦੇ ਨੇ, ਬਹੁਤ ਅੱਛਾ ਰਿਸਪੋਂਸ ਦੇ ਰਹੇ ਜੀ। ਇੱਕ ਤੁਹਾਡੇ ਆਪੋਜ਼ਿਟ ਹੀ ਹੰਸਰਾਜ ਜੀ ਹੈ ਜੀ, ਉਹਨਾਂ ਬਾਰੇ ਕੀ ਕਹੋਗੇ? ਦੇਖੋ ਜੀ, ਉਹਨਾਂ ਦੀ ਆਪਣੀ ਆਈਡੀਓਲੋਜੀ, ਇੱਕ ਪਾਰਟੀ ਸਾਡੀ ਆਪਣੀ ਹੈ, ਉਹਨਾਂ ਨੇ ਆਪਣਾ ਕੰਮ ਕਰਨਾ ਸੀ। ਸਰ ਇੱਕ ਨਵੀਂ ਇੱਕ ਲਾਈਫ ਛੱਡ ਕੇ ਤੁਸੀਂ ਇੱਕ ਹੁਣ ਨਵੀਂ ਜ਼ਿੰਦਗੀ ਦੇ ਵਿੱਚ ਆ ਰਹੇ ਹੈਗੇ, ਕਿਹੋ ਜਿਹਾ ਮਹਿਸੂਸ ਕਰ ਰਹੇ ਹੈਗੇ ਤੁਸੀਂ? ਠੀਕ ਹੈ ਜੀ, ਉਹ ਲਾਈਫ ਵੀ ਵਧੀਆ ਸੀ, ਇਹਦਾ ਅਲੱਗ
ਇੱਕ ਮਜ਼ਾ ਕੀ ਹੈ ਉਧਰ ਇੱਕ ਤੁਸੀਂ ਇੱਕ ਚਮਕਦੇ ਸਾਰੇ ਸੀਗੇ ਜਿਹਨੇ ਪੰਜਾਬ ਨੇ ਤੁਹਾਨੂੰ ਉੱਪਰ ਬਿਠਾ ਰੱਖੀ ਅੱਜ ਤੁਸੀਂ ਇੱਥੇ ਆ ਕੇ ਤੁਹਾਨੂੰ ਮਿਹਨਤ ਕਰਨੀ ਪੈ ਰਹੀ ਹੈ ਲੋਕਾਂ ਨੂੰ ਮਿਲਦੇ ਉਹੋ ਜਿਹਾ ਪਿਆਰ ਮਿਲਦਾ ਜੋ ਉਸ ਬਿਲਕੁਲ ਜੀ ਉਹ ਵੀ ਮਿਹਨਤ ਨਾਲ ਸਿਤਾਰੇ ਬਣੇ ਸੀ ਇਸ ਇੱਧਰ ਵੀ ਮਿਹਨਤ ਕਰਕੇ ਸਿਤਾਰੇ ਬਣੇ ਕਰਮ ਜੀ ਲੋਕਾਂ ਦਾ ਗਿਲਾ ਇਹੀ ਰਹਿੰਦਾ ਹੁੰਦਾ ਹੈਗਾ ਵੀ ਸਾਡੀ ਜਿਹੜੀ ਲੋਕ ਸਭਾ ਸੀਟ ਹੁੰਦੀ ਫਿਰ ਮੁੜ ਕੇ ਆਉਂਦੇ ਨਹੀਂ ਇੱਥੇ ਇਹਦੇ ਮੁੜ ਕੇ ਨਹੀਂ ਆਉਂਦੇ ਮੈਂ ਆਉਂਗਾ ਜੀ ਦੇਖੋ ਜੀ ਮੈਂ ਇਹੋ ਜਿਹਾ ਕਲਾਕਾਰ ਹਾਂ ਜਿਹਦੇ ਕੋਲ ਇੱਕ ਦਿਨ ਵੀ ਵਿਹਲਾ ਨਹੀਂ ਤੇ ਪਰ ਉਹ ਕੰਮ ਆਪਾਂ ਅੱਧਾ ਕਰ ਲਾਂਗੇ ਜੀ ਘਟਾ ਲਾਂਗੇ ਕਿਉਂਕਿ ਮੇਰੀ ਰੋਜ਼ੀ ਰੋਟੀ ਤਾਂ ਫਿਲਮਾਂ ਹੀ ਨੇ ਕੰਮ ਚੱਲਦਾ ਰਹੂ ਲੇਕਿਨ ਇਹਦਾ ਸੇਵਾ ਜਾਰੀ ਸੇਵਾ ਵੀ ਜਾਰੀ ਥੈਂਕ ਯੂ ਸਰ ਮੈਂ ਚਾਦਰ ਕੱਢਦੀ ਨੀ ਗਿਣ ਤੋਂ ਪੇ ਪਾਵਾਂ ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ ਚਿੜੀਆਂ ਦੀ ਚੀਜ਼ ਨੀ ਤੋਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ